वेलकम माय डियर स्टूडेंट्स आज अपन एक्सरसाइज 7.1 ਦੇ ਸਵਾਲ ਕਰਨ ਜਾ ਰਹੇ ਹਾਂ ਬੇਟਾ ਜੀ ਕੁਸ਼ਚਨਸ ਧਿਆਨ ਨਾਲ ਸਮਝ ਲੈਣੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਨੈਕਸਟ ਵੀਡੀਓਜ਼ ਨੇ ਨਾਲ ਦੀ ਨਾਲ ਮਿਲਦੀਆਂ ਰਹਿਣ ਦੇਖੋ ਬੇਟਾ ਫਰਸਟ ਕੁਸ਼ਚਨ ਹੈ ਵਿਚ ਆਫ ਦਾ ਫੋਲੋਇੰਗ ਨੰਬਰਸ ਆਰ ਨਾਟ ਪਰਫੈਕਟ ਕਯੂ ਆਪਾਂ ਨੇ ਇਹ ਦੱਸਣਾ ਬੇਟਾ ਇਹਨਾਂ ਵਿੱਚੋਂ ਕਿਹੜੇ ਨੰਬਰਸ ਨੇ ਉਹ ਪੂਰਨ ਘਣ ਨਹੀਂ ਹੈਗੇ ਠੀਕ ਹੈ ਨਾਟ ਪਰਫੈਕਟ ਕਯੂ ਇਹਦਾ ਮੈਥਡ ਕੀ ਹੈ ਬੇਟਾ ਦੇਖੋ ਆਪਾਂ ਇਹਦੇ ਫੈਕਟਰਾਇਜ਼ ਬਣਾ ਕਰਾਂਗੇ ਠੀਕ ਹੈ ਪ੍ਰਾਈਮ ਫੈਕਟਰ ਬਣਾਵਾਂਗੇ 3 3 ਦੇ ਪੇਅਰ ਬਾਹਰ ਕੱਢਾਂਗੇ ਕਯੂਬ ਲਈ ਆਪਾਂ 3 3 ਦੇ ਪੇਅਰ ਦੇਖ ਰਹੇ ਨੇ ਨੇ ਪਹਿਲਾਂ ਸਕੁਅਰ ਕਿੰਨਾ ਸੀ ਸਕੁਅਰ ਸਕੁਅਰ ਲਈ ਆਪਾਂ ਨੇ 2 2 ਦੇ ਪੇਅਰ ਦੇਖੇ ਸੀ ਠੀਕ ਹੈ ਹੁਣ ਦੇਖੋ ਜੀ 216 ਆ ਫਰਸਟ ਕੁਐਸਚਨ 216 ਠੀਕ ਹੈ ਇਹਦੇ ਪ੍ਰਾਈਮ ਫੈਕਟਰ ਬਣਾਓ 2 ਤੇ ਡਿਵਾਈਡ ਕਰੋ ਬੇਟਾ ਪਹਿਲਾਂ ਕਿੰਨਾ ਆ ਗਿਆ 108 ਠੀਕ ਹੈ ਫੇਰ 2 ਤੇ ਡਿਵਾਈਡ ਕਰੋਗੇ ਕਿੰਨਾ ਆ ਗਿਆ ਆਪਣੇ ਕੋਲ 54 ਫੇਰ 2 ਤੇ ਡਿਵਾਈਡ ਕੀਤਾ ਬੇਟਾ ਕਿੰਨਾ ਆ ਗਿਆ 27 ਫੇਰ ਇਹ ਕਿਤੇ ਜਾਏਗਾ 3 ਤੇ ਠੀਕ ਹੈ 3 ਤੇ ਡਿਵਾਈਡ ਕਰੋਗੇ ਕਿੰਨਾ ਆ ਗਿਆ 9 ਫੇਰ 3 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਬੇਟਾ 3 ਫੇਰ 3 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਆਪਣੇ ਕੋਲ 1 ਠੀਕ ਹੈ ਦੇਖੋ ਬੇਟਾ ਇਹਦੇ ਵਿੱਚ ਦੇਖੋ 3 3 ਦੇ ਫੈਕਟਰ ਬਣ ਗਏ ਠੀਕ ਹੈ 3 3 ਦੇ ਫੈਕਟਰ ਬਣ ਗਏ ਇਟ ਮੀਨਸ ਇਹ ਪੂਰਨ ਘਣ ਹੈਗਾ ਆ यस ठीक है यस इट इज़ ए परफेक्ट क्यूब ठीक है नेक्स्ट देखो बेटा वन ट्वेंटी एट नैक्सट है अपने कोल वन टवंटी एट सेम बेटा, 128 128. ए बेटा आप वन ट्वेंटी एट दे फैक्टर बनावे वन ट्वेंटी एट ठीक है ये ईवन आ डिवाइड करो कि अपने को सिक्सटी फोर फे टू पर डिवाइड करो ਕਿੰਨਾ ਆ ਗਿਆ ਆਪਣੇ ਕੋ 32 ਫੇਰ ਬੇਟਾ 2 ਤੇ ਡਿਵਾਈਡ ਕਰਾਂਗੇ ਕਿੰਨਾ ਆ ਗਿਆ 16 ਫੇਰ 2 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ 8 ਫੇਰ ਬੇਟਾ 2 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ 4 ਫੇਰ 2 ਤੇ ਡਿਵਾਈਡ ਕੀਤਾ 2 ਫੇਰ 2 ਤੇ ਡਿਵਾਈਡ ਕੀਤਾ 1 ਠੀਕ ਹੈ ਹੁਣ ਦੇਖੋ ਬੇਟਾ 3 3 ਵਾ 2 ਆ ਗਿਆ 3 ਇਹ ਚ ਇੱਕ ਜਿਹੜਾ 2 ਆ ਬਚ ਗਿਆ ਮਤਲਬ 3 3 ਦੇ ਕੰਪਲੀਟ ਪੇਅਰ ਨਹੀਂ ਬਣੇ ਇਹ ਦਾ ਮਤਲਬ ਪੂਰਨ ਘਣ ਹੈ ਨਹੀਂ ਨੋ इट इज़ नॉट ए परफेक्ट क्यूब ठीक है बेटा हम देखो नैक्सट देखो नैक्सट देखो बेटा थर्ड क्वेश्चन है अपने कोल वन थाउजेंड ठीक है वन थाउजेंड के फैक्टर बनाओ बेटा तुम टू पर डिवाइड करो कि ईवन आ कि आ गया अपने को फाइव हंड्रड फिर टू पर डिवाइड करें कि आ गया अपने कोू फिफ्टी ਫੇਰ 2 ਤੇ ਡਿਵਾਈਡ ਕੀਤਾ ਬੇਟਾ ਕਿੰਨਾ ਆ ਗਿਆ ਆਪਣੇ ਕੋਲ 125 ਫੇਰ 5 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਆਪਣੇ ਕੋਲ 25 ਫੇਰ ਬੇਟਾ 5 ਤੇ ਡਿਵਾਈਡ ਹੋ ਜਾਏਗਾ 5 ਫੇਰ 5 ਤੇ ਚੱਲ ਗਿਆ ਦੇਖ ਵੇ 3 ਟਾਈਮਸ 2 ਆ ਗਿਆ 3 ਟਾਈਮਸ 5 ਆ ਗਿਆ ਇਹਦਾ ਮਤਲਬ ਪਰਫੈਕਟ ਕਯੂਬ ਹੈਗਾ ਜਾਂ ਯੈਸ ਠੀਕ ਹੈ ਇਹ ਵੀ ਬੇਟਾ ਪੂਰਨਕਣ ਹੈਗਾ ਜਾਂ ਹੁਣ ਦੇਖੋ ਬੇਟਾ ਨੈਕਸਟ 100 ਹੁਣ ਆਪਾਂ 100 ਦਾ ਕਰਦੇ ਆ ਫੋਰਥ 100 ਦੇ ਫੈਕਟਰ ਬਣਾਓ ਬੇਟਾ ਇਹਨੂੰ 2 ਤੇ ਡਿਵਾਈਡ ਕਰੋਗੇ ਕਿੰਨਾ ਆ ਗਿਆ ਆਪਣੇ ਕੋਲ 50 ਠੀਕ ਹੈ ਫੇਰ 2 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਬੇਟਾ ਆਪਣੇ ਕੋਲੇ ਇਹ 25 ਫੇਰ ਇਹਨੂੰ ਬੇਟਾ ਕਿਤੇ ਜਾਏਗਾ 5 ਤੇ ਫੇਰ ਕਿਤੇ ਜਾਏਗਾ 5 ਤੇ ਇਹ ਜੀ ਦੇਖ ਬੇਟਾ 2 2 ਦੇ ਪੇਅਰ ਬਣੇ ਨੇ ਇਹ ਪੂਰਨ ਵਰਗਤ ਹੈਗਾ ਸਕੁਅਰ ਤੇ ਹੈਗਾ ਪਰ ਪੂਰਨ ਘਣ ਨਹੀਂ ਹੈਗਾ ਠੀਕ ਹੈ ਕਿਉਂਕਿ ਦੇ ਪੇਅਰ ਬੇਟਾ 3 3 ਦੇ ਨਹੀਂ ਬਣੇ ਇਹਦਾ ਆਨਸਰ ਵੀ ਕੀ ਆਊਗਾ ਆਪਣੇ ਕੋਲ 9 ਠੀਕ ਹੈ ਹੁਣ ਦੇਖੋ ਬੇਟਾ ਨੈਕਸਟ ਪਾਰਟ ਸੈਕਿੰਡ ਨੈਕਸਟ ਹੈ ਬੇਟਾ ਆਪਣੇ ਕੋਲ ਫਾਈਂਡ ਦਾ ਸਮਾਲੈਸਟ ਨੰਬਰ ਬਾਏ ਵਿਚ ਈਚ ਆਫ ਦਾ ਫੋਲੋਇੰਗ ਨੰਬਰਸ ਮਸਟ ਬੀ ਮਲਟੀਪਲਾਈਡ ਟੂ ਅਬਟੇਨ ਅ ਪਰਫੈਕਟ ਕਯੂ ਠੀਕ ਹੈ ਫਸਟ ਦਾ ਬੇਟਾ ਇਹਦਾ ਫਿਫਥ ਕੁਐਸਚਨ ਉਹ ਖੁਦ ਆਪ ਟ੍ਰਾਈ ਕਰਨਾ ਹੈ ਠੀਕ ਹੈ ਮੈਂ ਤਾਂ ਛੱਡਿਆ ਹੁਣ ਅਚ ਦੇਖੋ ਬੇਟਾ ਉਹ ਕਹਿੰਦਾ ਛੋਟੇ ਤੋਂ ਛੋਟੇ ਨੰਬਰ ਨਾਲ ਕਿਹੜੇ ਮੈਂ ਨੰਬਰ ਨਾਲ ਮਲਟੀਪਲਾਈ ਕੀਤਾ ਜਾਵੇ ਗੁਣਾ ਕੀਤਾ ਜਾਵੇ ਕਿ ਇਹ ਇੱਕ ਪੂਰਨ ਘਣ ਬਣ ਜਾਵੇ ਠੀਕ ਹੈ ਪਰਫੈਕਟ ਕਯੂ ਬਣ ਜਾਵੇ ਦੇਖੋ ਜੇ ਫਰਸਟ ਕੁਐਸਚਨ ਹੈ ਆਪਣੇ ਕੋਲ 243 ਠੀਕ ਹੈ ਪਰਫੈਕਟ ਕਯੂ ਬਣਾਉਣਾ ਸਭ ਤੋਂ ਪਹਿਲਾਂ ਪਰਫੈਕਟਰਾਇਜ਼ ਕਰਾਂਗੇ ਇਹਦੇ ਫੈਕਟ ਬਣਾਵਾਂਗੇ 243 ਕਿਤੇ ਜਾਏਗਾ ਬੇਟਾ 3 ਦੇ ਟੇਬਲ ਤੇ ਕਿੰਨਾ ਆ ਗਿਆ ਆਪਣੇ ਕੋਲ 81 ਫੇ 3 ਤੇ ਡਿਵਾਈਡ ਕਰਾਂਗੇ ਕਿੰਨਾ ਆ ਗਿਆ 27 ए भी थ्री ते जाएगा बेटा नाइन ए भी थ्री यी जाएगा थ्री थ्री वन जा थ्री ठीक है टू फोर्टी थ्री दे अपने को प्राइम फैक्टर की बन गए बेटा थ्री इंटू थ्री इन थ्री इन थ्री इंटू थ्री देखो एक तो बन गया अपने को तीन दा तो, जोड़ा ठीक है थ्री बन गया अपने को थ्री टाइम्स थ्री आ गया पर बेटा नीचे अपने को थ्री आटा ठीक है ਤਿੰਨ ਪੂਰੇ ਕਰਨ ਦੇ ਲਈ ਇਹ ਪਰਫੈਕਟ ਕਯੂਬ ਕਦੋਂ ਬਣੂਗਾ ਜਦੋਂ ਇੱਕ ਇੱਕ 3 ਨਾਲ ਮਲਟੀਪਲਾਈ ਕੀਤਾ ਜਾਵੇ ਇਹਦਾ ਮਤਲਬ ਸਮਾਲੈਸਟ ਨੰਬਰ ਜਿਹੜਾ ਹੈਗਾ 2 ਬੀ ਮਲਟੀਪਲਾਈ ਛੋਟੀ ਤੋਂ ਛੋਟੀ ਸੰਖਿਆ ਠੀਕ ਹੈ ਸਮਾਲੈਸਟ ਨੰਬਰ ਕਿਹੜਾ ਆਏਗਾ ਬੇਟਾ ਆਪਣੇ ਕੋਲ ਇਹਦੇ ਵਿੱਚ 3 ਠੀਕ ਹੈ ਆਪਣਾ ਆਨਸਰ ਕਿੰਨਾ ਆ ਗਿਆ ਬੇਟਾ 3 ਨੈਕਸਟ ਦੇਖੋ 256 ਨੈਕਸਟ ਹੈ ਆਪਣੇ ਕੋਲ ਸੈਕਿੰਡ 256 ਇੱਦਾਂ ਬੇਟਾ ਇਹਦੇ ਫੈਕਟਰ ਬਣਾਓ ਇਹ ਕੀ ਆ ਆਪਣੇ ਕੋਲ ਈਵਨ ਨੰਬਰ ਠੀਕ ਹੈ ਈਵਨ ਕਿਤੇ ਜਾਏਗਾ ਆਪਣੇ ਕੋਲ 2 ਤੇ ਇਹਨੂੰ 2 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ 128 ਇਹਨੂੰ 2 ਤੇ ਡਿਵਾਈਡ ਕਰੋ ਕਿੰਨਾ ਆ ਗਿਆ ਆਪਣੇ ਕੋਲ 64 ਇਹਨੂੰ 2 ਤੇ ਡਿਵਾਈਡ ਕਰੋ ਕਿੰਨਾ ਆ ਗਿਆ ਆਪਣੇ ਕੋਲ 32 ਇਹਨੂੰ ਬੇਟਾ 2 ਤੇ ਡਿਵਾਈਡ ਕਰਾਂਗੇ ਕਿੰਨਾ ਆ ਗਿਆ 16 ਇਹਨੂੰ 2 ਤੇ ਡਿਵਾਈਡ ਕੀਤਾ 8 2 ਤੇ ਡਿਵਾਈਡ ਕੀਤਾ 4 फे टू तो डिवाइड किया टू टू वन 2 टू यद मतलब टू फिफ्टी सिक्स से फैक्टर बन गया अपने को कि बार आ गया वन टू थ्री फोर फाइव सिक्स सैवन एट वन टू थ्री फोर फाइव सिक्स सैवन एट ठीक है बेटा देखो ए भी थ्री का पेयर बन गया ए भी थ्री टाइम्स आ गया हूँ तो आपको किन्ने टू घटने वन ठीक है 1 ਘਟਾ ਬੇਟਾ ਇਹਨੂੰ 3 ਵਾਰ ਪੂਰਾ ਹੋਣ ਲਈ ਇਟ ਇੰਪਲਾਈ ਸਮਾਲੈਸਟ ਜਿਹੜਾ ਨੰਬਰ ਆਊਗਾ ਆਪਣੇ ਕੋਲ ਸਮਾਲੈਸਟ ਨੰਬਰ ਕਿੰਨਾ ਆ ਗਿਆ ਆਪਣੇ ਕੋਲ 2 ਠੀਕ ਹੈ ਛੋਟ ਤੋਂ ਛੋਟੀ ਸੰਖਿਆ ਨੈਕਸਟ ਦੇਖੋ ਬੇਟਾ 72 ਨੈਕਸਟ ਹੈਗਾ ਆਪਣੇ ਕੋਲ 72 ਸੇਮ ਇਦਾਂ ਹੀ ਬੇਟਾ 72 ਦੇ ਫੈਕਟਰ ਬਣਾਓ 3rd ਕੁਐਸਚਨ सैवनटी टू ये की है बेटा अपने कोल ईवन कित जाएगा टू तो कि आ गया थर्टी सिक्स ए भी टू तो जाएगा कि एटीन ए भी टू तो डिवाइड हो बेटा, nine, जाएगा बेटा नाइन ठीक है ए कि जाएगा थ्री ते थ्री किएगा थ्री त ठीक है हम देखो सैवनटी टू दे फैक्टर की बन गए अपने को टू टू इंटू टू इंटू थ्री इंटू थ्री ए थ्री टाइम्स बन गया हूँ अपने को बनाने लिए थ्री किने चाहिए सके 3 ਚਾਹੀਦੇ ਸੀ ਕਿੰਨੇ ਘਟਨੇ ਹਨ 1 ਇਹਦਾ ਮਤਲਬ ਸਮਾਲੈਸਟ ਨੰਬਰ ਸਮਾਲੈਸਟ ਨੰਬਰ ਕਿੰਨਾ ਆ ਗਿਆ ਆਪਣੇ ਕੋਲ 3 ਕਿਉਂਕਿ 1 3 ਬੇਟਾ ਘਟ ਸੀ ਠੀਕ ਹੈ ਹੁਣ ਦੇਖੋ ਨੈਕਸਟ ਕੁਐਸਚਨ 675 ਵਾਲਾ ਫੋਰਥ ਕੁਐਸਚਨ ਦੇਖੋ ਸੇਮ ਇਦੀ ਫੈਕਟਰ ਬਣਾਓ 675 ਦੇ ਕਿਤੇ ਜਾਏਗਾ ਬੇਟਾ ਇਹ 3 ਤੇ ਵੀ ਚਲਾ ਜਾਏਗਾ 5 ਤੇ ਵੀ ਜੋ 3 ਤੇ ਡਿਵਾਈਡ ਕਰਾਂਗੇ ਕਿੰਨਾ ਆ ਗਿਆ 225 ਇਹਨੂੰ 3 ਤੇ ਡਿਵਾਈਡ ਕਰੋ ਕਿੰਨਾ ਆ ਗਿਆ 75 ਇਹ ਵੀ ਬੇਟਾ 3 ਤੇ ਡਿਵਾਈਡ ਹੋ ਜਾਏਗਾ ਕਿੰਨਾ ਆ ਗਿਆ ਆਪਣੇ ਕੋਲ 25 ਇਹ ਕਿਤੇ ਜਾਏਗਾ 5 ਤੇ 5 5 ਤੇ ਇਹਦਾ ਮਤਲਬ 6 75 ਦੇ ਫੈਕਟਰ ਬਣ ਗਿਆ ਆਪਣੇ ਕੋਲ 3 into 3 into 3 into 5 into 5 ਠੀਕ ਹੈ ਦੇਖੋ 3 ਦਾ ਪੇਅਰ ਤਾਂ ਬਣ ਗਿਆ 5 ਇੱਕ ਲੈਸ ਠੀਕ ਹੈ ਇਹਦਾ ਮਤਲਬ ਆਪਣੇ ਕੋਲ ਸਮਾਲੈਸਟ ਨੰਬਰ परफेक्ट क्यूब बना समालेस्ट नंबर कि आ गया अपने को फाइव ठीक है नेक्स्ट देखो बेटा हंड्रड नैक्सट अपने को फिफ्थ हंड्रड सेम ए बेटा हंडर्ड फैक्टर बनाओ ठीक है 100 कितने जा गया पेल्ला टू तना अपने को फिफ्टी ठीक है ये भी टू तो डिवाइड हो जाएगा ट्वेंटी फाइव ट्वेंटी फाइव फाइव त फाइव फाइव वनजा फाइव ਇਹਦਾ ਮਤਲਬ 100 ਦੇ ਪ੍ਰਾਈਮ ਫੈਕਟਰ ਕੀ ਬਣਗੇ 2 into 2 into 5 into 5 ਠੀਕ ਹੈ ਹੁਣ ਦੇਖੋ ਇਹ ਚ ਸਮਾਲੈਸਟ ਨੰਬਰ ਕੀ ਬਨੇਗਾ ਸਮਾਲੈਸਟ ਨੰਬਰ ਦੇਖੋ ਨਾ ਤਾਂ 2 3 ਟਾਈਮਸ ਆਇਆ ਨਾ 5 3 ਟਾਈਮਸ ਆਇਆ ਇੱਕ ਆਪਾਂ ਨੂੰ 2 ਚਾਹੀਦਾ 3 ਵਾਰ 2 ਪੂਰਾ ਕਰਨ ਦੇ ਲਈ ਇੱਕ ਆਪਾਂ ਨੂੰ 5 ਚਾਹੀਦਾ ਠੀਕ ਹੈ 3 ਟਾਈਮਸ 5 ਪੂਰਾ ਕਰਨ ਦੇ ਲਈ ਤਾਂ ਸਮਾਲੈਸਟ ਨੰਬਰ ਕਿੰਨਾ ਆ ਗਿਆ ਆਪਣੇ ਕੋਲ 10 ਠੀਕ ਹੈ ਬੇਟਾ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਨੈਕਸਟ ਅਪਨ ਨੈਕਸਟ ਵੀਡੀਓ ਵਿੱਚ ਕਰਾਂਗੇ